ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਪਰਮ ਸਤਿਕਾਰਯੋਗ ਸਤਿ ਸ੍ਰੀ ਅਕਾਲ ਜੀਓ। ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਭਗਤੀ ਦੀ ਇੱਕ ਐਸੀ ਸੀਮਾ ਹੈਗੀ ਆ, ਜਿੱਥੇ ਜਿਹੜੀ ਹੈ ਨਾ ਵਾਹਿਗੁਰੂ ਦੇ ਪ੍ਰਤੀ ਸ਼ਰਧਾ ਹੈ ਉਹ ਸੀਮਾ ਤੋਂ ਪਾਰ ਹੋ ਜਾਂਦੀ ਆ। ਸੋ ਜਦੋਂ ਸ਼ਰਧਾ ਸੀਮਾ ਤੋਂ ਪਾਰ ਹੋ ਜਾਂਦੀ ਆ, ਭਗਤ ਰੱਬ ਦੇ ਪਿਆਰੇ ਜਿੱਧਰ ਵੀ ਦੇਖਦੇ ਆ ਨਾ, ਉਹਨਾਂ ਨੂੰ ਕੇਵਲ ਅਤੇ ਕੇਵਲ ਵਾਹਿਗੁਰੂ ਦੀ ਨਿਰੰਜਣੀ ਜੋਤ ਹੀ ਪ੍ਰਤੱਖ ਜਿਹੜੇ ਆ ਉਹ ਆਪਣੇ ਦਰਸ਼ਨ ਦਿਦਾਰੇ ਦਿੰਦੀ ਆ। ਸੋ ਜਦੋਂ ਉਹ ਦਰਸ਼ਨ ਦਿਦਾਰੇ ਦਿੰਦੀ ਆ ਤਾਂ ਮਹਾਂਪੁਰਖਾਂ ਦੇ ਅੰਦਰ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਦੀ ਜਿਹੜੀ ਭਾਵਨਾ ਹੈਗੀ ਆ ਅੰਦਰ ਪ੍ਰਚੰਡ ਹੁੰਦੀ ਆ। ਜਿਵੇਂ ਅਸੀਂ ਨਾ ਪੁਰਾਤਨ ਸਾਖੀਆਂ 'ਚ ਦੇਖਦੇ ਹਾਂ ਕਿ ਭਗਤ ਨਾਮਦੇਵ ਜੀ ਹੋਏ ਆ ਜਿਨ੍ਹਾਂ ਨੂੰ 72 ਵਾਰ ਉਸ ਅਕਾਲ ਪੁਰਖ ਨੇ ਕਿਸੇ ਨਾ ਕਿਸੇ ਰੂਪ 'ਚ ਦਰਸ਼ਨ ਦਿੱਤੇ ਆ। ਅਤੇ ਲੇਕਿਨ ਜੋ ਅਕਾਲ ਪੁਰਖ ਦਾ ਸਭ ਤੋਂ ਪਿਆਰਾ ਰੂਪ ਭਗਤਾਂ ਨੇ ਮੰਨਿਆ ਹੈ ਨਾ, ਉਹ ਹੈਗਾ ਉਸ ਦਾ ਰੂਪ ਦਾ ਨਾਂ ਹੈ ਕੂਕਰ। ਸੋ ਜਿਹੜਾ ਅਕਾਲ ਪੁਰਖ ਦਾ ਕੂਕਰ ਰੂਪ ਹੈ ਨਾ, ਸਭ ਨੂੰ ਪਿਆਰਾ ਹੈ, ਕਿਉਂਕਿ ਬਾਣੀ ਦੇ ਵਿੱਚ ਫਰਮਾਨ ਹੈਗਾ ਕਿ ਕੂਕਰ ਅਤੇ ਇਸ ਇਨਸਾਨ ਦੀ ਜਿਹੜੀ ਦੋਸਤੀ ਸਦੀਆਂ ਤੋਂ ਚੱਲੀ ਆਈ ਆ। ਪਰ ਜੋ ਕੂਕਰ ਦੇ ਵਿੱਚ ਗੁਣ ਹਨ ਉਹੀ ਗੁਣ ਭਗਤ ਦੇ ਵਿੱਚ ਹੋਣੇ ਚਾਹੀਦੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਕਬੀਰ ਹੋਂ ਕੂਕਰ ਰਾਮ ਕੋ ਮੋਤੀਆ ਮੇਰੋ ਨਾਓਂ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਅਤੇ ਬੁੱਲੇ ਨੇ ਵੀ ਆਖਿਆ, ਉੱਠ ਬੁੱਲਿਆ ਉੱਠ ਪੀਰ ਬਣਾ ਲੈਣੇ ਤਾਂ ਬਾਜੀ ਲੈ ਗਏ ਕੁੱਤੇ, ਉਹ ਵੀ ਤਿਰ ਤੋਂ ਉੱਤੇ। ਸੋ ਕਹਿਣ ਤੋਂ ਭਾਵ ਹੈ ਕੂਕਰ ਦਾ ਰੂਪ ਜੋ ਪਰਮੇਸ਼ਰ ਦਾ ਭਗਤਾਂ ਨੇ ਮੰਨਿਆ ਇਹ ਅਤਿ ਪਿਆਰਾ ਹੈਗਾ। ਅਸੀਂ ਨਾਮਦੇਵ ਜੀ ਦੇ ਜੀਵਨ ਦਰਸ਼ਨਾਂ ਵਿੱਚ ਵੀ ਦੇਖਦੇ ਹਾਂ ਕਿ ਇੱਕ ਵਾਰ ਨਾਮਦੇਵ ਜੀ ਮਹਾਰਾਜ ਪ੍ਰਸ਼ਾਦਾ ਬਣਾ ਕੇ ਜਿਹੜੇ ਸੀ ਖਾਣ ਲੱਗੇ, ਕੁਦਰਤੀ ਕੂਕਰ ਆ ਗਿਆ, ਉਸ ਕੂਕਰ ਨੇ ਨਾ ਭਗਤ ਜੀ ਦਾ ਇੱਕ ਪ੍ਰਸ਼ਾਦਾ ਮੂੰਹ 'ਚ ਪਾ ਕੇ ਜਿਹੜਾ ਸੀਗਾ ਮੋਰੇ ਮੋਰੇ ਭੱਜ ਪਿਆ। ਜਦ ਭੱਜਾ ਤਾਂ ਭਗਤ ਜੀ ਉਸੇ ਟਾਈਮ ਆਪਣੇ ਦਾਲ ਵਾਲਾ ਕੋਲਾ ਪਿੱਛੇ ਲੈ ਕੇ ਭੱਜੇ ਅਤੇ ਉੱਚੀ ਉੱਚੀ ਆਵਾਜ਼ਾਂ ਮਾਣ ਕਿ ਹੇ ਮੇਰੇ ਪ੍ਰੀਤਮ ਪਿਆਰੇ, ਕਿ ਤੂੰ ਇਹ ਜਿਹੜਾ ਪ੍ਰਸ਼ਾਦਾ ਇਕੱਲਾ ਕਿਵੇਂ ਖਾਏਗਾ, ਇਸ ਕਰਕੇ ਇਹ ਦਾਲ ਵੀ ਨਾਲ ਲੈ ਲਾ, ਇਸ ਨੂੰ ਵੀ ਤੂੰ ਖਾ ਲਾ। ਸੋ ਇਹ ਭਗਤਾਂ ਦਾ ਨਾ ਪਰਮੇਸ਼ਰ ਦੇ ਪ੍ਰਤੀ ਜੋ ਸ਼ਰਧਾ ਹੈਗੀ ਆ ਇਹ ਸੀਮਾ ਤੋਂ ਪਰੇ ਹੁੰਦੀ ਆ, ਇਹਦੀ ਕੋਈ ਸੀਮਾ ਨਹੀਂ ਹੈਗੀ। ਸੋ ਮਹਾਂਪੁਰਖ ਜਿਸ ਵੀ ਚੀਜ਼ ਵੱਲ ਇਸ਼ਾਰਾ ਕਰ ਦੇਣ ਹੈ ਨਾ, ਅਤੇ ਜਿਹੜੇ ਗੁਰੂ ਦੇ ਪਿਆਰੇ ਉਸ ਇਸ਼ਾਰੇ ਨੂੰ ਸਮਝ ਕੇ ਉਸ ਨੂੰ ਇਹ ਰੱਬ ਰੂਪ ਮੰਨਣ ਵਾਸਤੇ ਤਿਆਰ ਹੋ ਜਾਂਦੇ ਆ, ਫਿਰ ਉਹਨਾਂ ਦੇ ਕਾਰਜ ਜਿਹੜੇ ਹੈ ਉਹ ਵਾਹਿਗੁਰੂ ਸਿੱਧੇ ਤੌਰ 'ਤੇ ਜਿਹੜਾ ਹੈਗਾ ਉਹ ਸਵਾਰਨ ਲੱਗ ਪੈਂਦਾ ਹੈਗਾ। ਜਿਵੇਂ ਦਾਸ ਹੰਸਾਲੀ ਵਾਲੇ ਮਹਾਂਪੁਰਖ ਬਾਬਾ ਅਜੀਤ ਸਿੰਘ ਹੋਣਾ ਦੇ ਜੀਵਨ ਦੀ ਘਟਨਾ ਸੰਗਤ ਨਾਲ ਸਾਂਝੀ ਕਰਦਾ ਕਿ ਇੱਕ ਜੋ ਸਰਦਾਰਾਂ ਦਾ ਪਰਿਵਾਰ ਸੀਗਾ ਉਹ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਬੜਾ ਸੇਵਕ ਸੀਗਾ, ਅਤੇ ਜਦੋਂ ਵੀ ਆਉਂਦਾ ਸੀਗਾ ਨੇ ਦਰਸ਼ਨਾਂ ਵਾਸਤੇ ਤਾਂ ਬੜੀ ਸੇਵਾ ਕਰਦਾ ਹੁੰਦਾ ਸੀ। ਉਹਨਾਂ ਦੇ ਘਰ ਇੱਕ ਨੌਕਰਾਣੀ ਸੀ ਕੋਈ ਜੋ ਕਾਫੀ ਗਰੀਬ ਘਰਾਣੇ ਦੀ ਸੀਗੀ, ਅਤੇ ਉਹ ਉਸ ਘਰ ਦੇ ਵਿੱਚ ਜੋ ਉਹਨਾਂ ਦਾ ਪਰਿਵਾਰ ਸੀਗਾ ਉਹਨਾਂ ਦੀ ਸੇਵਾ ਕਰਕੇ ਆਪਣੇ ਘਰ ਦਾ ਨਿਰਵਾਹ ਕਰਦੀ ਸੀ। ਇੱਕ ਵਾਰ ਜਦੋਂ ਇਹ ਸਰਦਾਰਾਂ ਦਾ ਪਰਿਵਾਰ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਬਾਰੇ ਦੇ ਦਰਸ਼ਨਾਂ ਵਾਸਤੇ ਗਿਆ, ਉਹ ਨੌਕਰਾਣੀ ਵੀ ਨਾਲ ਹੀ ਚਲੇ ਗਈ। ਜਦ ਉਹ ਨਾਲ ਗਈ ਤਾਂ ਉੱਥੇ ਉਹਨੇ ਕੀ ਦੇਖਿਆ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈ ਮਹਾਂਪੁਰਖਾਂ ਦੇ ਅਸਥਾਨ ਦੇ ਉੱਤੇ ਸੰਗਤ ਦੀ ਸੇਵਾ ਕਰਦੀਆਂ। ਸੋ ਉਸ ਬੀਬੀ ਨੇ ਵੀ ਜਿਹੜੀ ਹੈ ਨਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਵੀ ਜਿਹੜੇ ਹੈ ਨਾ ਉਹਦੇ ਮਾਲਕਣਾ ਸਰਦਾਰਨੀਆਂ ਸੀਗੀਆਂ, ਜਦ ਵੀ ਉਹ ਕਿਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਤਾਂ ਉਹ ਨੌਕਰਾਣੀ ਜਿਹੜੀ ਉਹਨਾਂ ਦੇ ਘਰ ਕੰਮ ਕਰਦੀ ਸੀ ਉਹ ਵੀ ਨਾਲ ਹੀ ਆ ਜਾਂਦੀ। ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਕਾਫੀ ਸਮਾਂ ਜਿਹੜਾ ਹੈ ਨਾ ਉਹ ਨਿਕਲ ਗਿਆ ਜਾਂ ਨਿਕਲਿਆ, ਅਤੇ ਇੱਕ ਵਾਰ ਜਦ ਮਹਾਂਪੁਰਖ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਸੀ ਅਤੇ ਇਹ ਜਿਹੜੀ ਗਰੀਬ ਬੀਬੀ ਸੀਗੀ ਇਹ ਵੀ ਮਹਾਂਪੁਰਖਾਂ ਦੇ ਅੱਗੇ ਹੋ ਗਈ, ਅੱਗੇ ਹੋ ਕੇ ਹੈ ਨਾ, ਅਤੇ ਮਹਾਂਪੁਰਖ ਨੇ ਇਹਨੂੰ ਪੁੱਛਿਆ ਕਿ ਹਾਂ ਬੀਬਾ ਦੱਸ ਕੀ ਗੱਲ, ਅਤੇ ਇਸ ਬੀਬੀ ਨੇ ਕਿਹਾ ਹੈਗਾ ਕਿ ਮੇਰੇ ਘਰ ਦੇ ਵਿੱਚ ਗਰੀਬੀ ਬੜੀ ਆ, ਇਹ ਗਰੀਬੀ ਜਿਹੜੀ ਇਹ ਜਾਂਦੀ ਨਹੀਂ ਕਿਉਂਕਿ ਮੇਰਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਕਰਦੀ ਸੇਵਾ ਕਰਦੀ ਕਰਦੀ ਜਿਹੜੇ ਉਹ ਹੱਥ ਵੀ ਘਸ ਗਏ, ਤਾਂ ਮੇਰਾ ਜਿਹੜਾ ਸਰੀਰ ਹੈਗਾ ਉਹ ਵੀ ਹੁਣ ਜਿਹੜਾ ਹੈਗਾ ਨਾ ਬਿਰਧ ਅਵਸਥਾ ਨੂੰ ਜਾਣਾ ਸ਼ੁਰੂ ਹੋ ਗਿਆ ਹੈ, ਸੋ ਸਾਡੇ ਘਰ ਦੀ ਗਰੀਬੀ ਨਹੀਂ ਜਾਂਦੀ। ਜਦ ਇਹ ਜਿਹੜੀ ਬੇਨਤੀ ਸੀ ਇਸ ਬੀਬੀ ਨੇ ਬਾਬਾ ਅਜੀਤ ਸਿੰਘ ਜੀ ਦੇ ਜਿਹੜੇ ਚਰਨਾਂ 'ਚ ਕੀਤੀ, ਅਤੇ ਬਾਬਾ ਜੀ ਨੇ ਉਸੇ ਟਾਈਮ ਆਪਣੇ ਇੱਕ ਸੇਵਕ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਕਹਿੰਦੇ ਉਹ ਜਿਹੜਾ ਛੋਟਾ ਜਿਹਾ ਕੂਕਰ ਹੈ ਕਤੂਰਾ ਹੈ ਨਾ ਉਹ ਲੈ ਕੇ ਆ। ਜਦ ਉਹ ਸੇਵਕ ਕਤੂਰਾ ਲੈ ਕੇ ਆਇਆ ਤਾਂ ਮਹਾਂਪੁਰਖਾਂ ਜਿਹੜੇ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਕਰ ਬੀਬਾ, ਇਹ ਜੋ ਕੂਕਰ ਛੋਟਾ ਕਤੂਰਾ ਹੈਗਾ ਇਸ ਨੂੰ ਆਪਣੇ ਘਰ ਦੇ ਵਿੱਚ ਜਾ ਕੇ ਪਾਲ ਲਾ, ਅਤੇ ਮਾਲਕ ਭਲਾ ਹੀ ਕਰੂਗਾ।
ਦੇਖੋ ਉਸੇ ਬੀਬੀ ਨੇ ਹੈ ਨਾ ਮਹਾਂਪੁਰਖਾਂ ਦਾ ਜਿਹੜਾ ਹੁਕਮ ਸੀਗਾ ਇਸ ਨੂੰ ਮੰਨ ਕੇ ਕਤੂਰ ਆ ਜਿਹੜੇ ਉਹ ਆਪਣੇ ਨਾਲ ਲੈ ਗਈ ਆਪਣੇ ਘਰ ਜਾ ਕੇ ਉਹ ਜਿਹੜਾ ਬੱਚਾ ਸੀਗਾ ਹੈ ਨਾ ਉਸ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਬਸ ਇਹ ਤਾਂ ਇੱਕ ਮਹਾਂਪੁਰਖਾਂ ਦਾ ਇਸ਼ਾਰਾ ਹੁੰਦਾ ਹੈਗਾ ਕਿ ਇਹ ਬੀਬਾ ਜਿਹੜੀ ਹੈਗੀ ਆ ਕਿ ਇਹਦੇ ਵਿੱਚ ਸੱਚਮੁੱਚ ਜਿਹੜੀ ਸ਼ਰਧਾ ਸੀਮਾ ਤੋਂ ਪਰੇ ਹੈ ਕਿ ਇਹ ਮਹਾਂਪੁਰਖਾਂ ਦੇ ਬਚਨ ਦੇ ਅੰਦਰ ਕੋਈ ਸ਼ੰਕਾ ਤਾਂ ਨਹੀਂ ਕਰਦੇ। ਪਰ ਉਸ ਬੀਬੀ ਨੇ ਕੋਈ ਸ਼ੰਕਾ ਨਹੀਂ ਕੀਤਾ ਜੋ ਮਹਾਂਪੁਰਖਾਂ ਨੇ ਹੁਕਮ ਕੀਤਾ ਸੀਗਾ ਉਸ ਨੂੰ ਸੱਤ ਵਚਨ ਕਰਕੇ ਮੰਨ ਲਿਆ ਸੀਗਾ। ਬਸ ਜੋ ਹੀ ਉਹ ਜਿਹੜਾ ਕਤੂਰਾ ਘਰ ਦੇ ਵਿੱਚ ਆਇਆ ਇਸ ਪਰਿਵਾਰ ਨੇ ਇਸ ਕਤੂਰੇ ਨੂੰ ਜਿਹੜਾ ਸੀਗਾ ਉਹ ਦੁੱਧ ਅਤੇ ਰੋਟੀਆਂ ਦੇ ਨਾਲ ਇਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਬਸ ਹੌਲੀ ਹੌਲੀ ਜਿਹੜਾ ਘਰ ਦਾ ਦਲਿੱਦਰ ਸੀਗਾ ਉਹ ਜਾਣਾ ਸ਼ੁਰੂ ਹੋ ਗਿਆ। ਇਸ ਜਿਹੜੀ ਮਾਈ ਦਾ ਇੱਕ ਲੜਕਾ ਸੀਗਾ ਜਿਸ ਦਾ ਜਿਹੜਾ ਅਰਬ ਕੰਟਰੀ ਡੁਬਈ ਦੇ ਵਿੱਚ ਕੰਮ ਬਣ ਗਿਆ। ਜਦ ਕੰਮ ਬਣਿਆ ਫਿਰ ਉਸਨੇ ਉਸੇ ਹੀ ਕੰਮ ਦੇ ਵਿੱਚ ਇੱਕ ਜਿਹੜਾ ਲਾਇਸੈਂਸ ਬਣਾਇਆ ਡਰਾਈਵਰੀ ਦਾ। ਉਸ ਤੋਂ ਬਾਅਦ ਫਿਰ ਉਹ ਵੱਡੇ ਵੱਡੇ ਟਰਾਲੇ ਚਲਾਉਣੇ ਸ਼ੁਰੂ ਹੋਣ ਲੱਗ ਪਏ। ਘਰ ਦੇ ਵਿੱਚ ਮਾਇਆ ਆਉਣ ਲੱਗ ਪਈ ਫਿਰ ਗਰੀਬੀ ਚਲੇ ਗਈ। ਫਿਰ ਸਮਾਂ ਪਾ ਕੇ ਜਿਹੜੇ ਸੀ ਇਸੇ ਪਰਿਵਾਰ ਦਾ ਇੱਕ ਪੋਤਰਾ ਜਿਹੜਾ ਸੀਗਾ ਉਹ ਕੈਨੇਡਾ ਚਲੇ ਗਿਆ ਅਤੇ ਅੱਜ ਇਹ ਬੀਬੀ ਜਿਹੜੀ ਹੈ ਮਹਾਂਪੁਰਖਾਂ ਦੇ ਅਸਥਾਨ ਦੇ ਉੱਪਰ ਹੈ ਨਾ ਜਦ ਵੀ ਆਉਂਦੀ ਹੈ ਤਾਂ ਘਰ ਦੀ ਗੱਡੀ ਦੇ ਵਿੱਚ ਆਉਂਦੀ ਆ। ਕੋਈ ਸਮਾਂ ਸੀਗਾ ਜਦੋਂ ਉਹ ਜਿਹੜੀ ਸੀ ਇੱਕ ਜਾਂ ਦੋ ਘਰਾਂ ਜਾਂ ਕਿੰਨਾ ਘਰਾਂ ਦੇ ਕੰਮ ਕਰ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕਰਦੀ ਸੀ। ਪਰ ਅੱਜ ਦੇਖੋ ਮਹਾਂਪੁਰਖਾਂ ਦੀ ਸੰਗਤ ਦੀ ਸੇਵਾ ਕਰਕੇ ਅਤੇ ਮਹਾਂਪੁਰਖਾਂ ਦੇ ਬਚਨ ਨੂੰ ਮੰਨ ਕੇ ਇਸ ਬੀਬੀ ਦੀ ਜਿਹੜੀ ਗਰੀਬੀ ਸੀ ਉਹ ਹਮੇਸ਼ਾ ਲਈ ਫਿਰ ਜਿਹੜੀ ਦੂਰ ਹੋ ਗਈ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਮਹਾਂਪੁਰਖ ਆ ਨਾ ਉਹ ਪਰਮੇਸ਼ਰ ਦਾ ਜੋ ਕੂਕਰ ਦਾ ਰੂਪ ਉਹਨਾਂ ਨੂੰ ਅੱਤ ਪਿਆਰਾ ਹੁੰਦਾ ਹੈਗਾ। ਸੋ ਇਸ ਰੂਪ ਦੇ ਵਿੱਚ ਉਹੀ ਸਮਝ ਸਕਦਾ ਹੈਗਾ ਜਿਸ ਦੇ ਵਿੱਚ ਵਾਹਿਗੁਰੂ ਜੀ ਦੇ ਪ੍ਰਤੀ ਅਥਾਹ ਸ਼ਰਧਾ ਹੋਵੇ ਅਥਾਹ ਵਿਸ਼ਵਾਸ ਹੋਵੇ। ਸੋ ਜਾਣਦਾ ਹੈਗਾ ਕਿ ਇਸ ਰੂਪ ਦੇ ਵਿੱਚ ਵਾਹਿਗੁਰੂ ਨੇ ਜਿਹੜੇ ਹੈ ਨਾ ਕੀ ਐਸੇ ਚਮਤਕਾਰ ਕਰਨੇ ਆ ਜਿਨ੍ਹਾਂ ਚਮਤਕਾਰਾਂ ਨੂੰ ਦੇਖ ਕੇ ਜਿਹੜਾ ਇਨਸਾਨ ਹੈ ਜਾਂ ਜਿਗਿਆਸੂ ਆ ਉਹਦਾ ਜਿਹੜਾ ਜੀਵਨ ਆ ਦਿਨੋਂ ਦਿਨ ਜਿਹੜਾ ਚੜ੍ਹਦੀ ਕਲਾ 'ਚ ਜਾਂਦਾ ਹੈਗਾ। ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਜਿਹੜੀ ਹੈ ਨਾ ਉਹ ਕਲਕੱਤੇ ਦੀ ਆ। ਕਲਕੱਤੇ ਦੇ ਵਿੱਚ ਇੱਕ ਚਰਨਦਾਸ ਮਹਾਤਮਾ ਹੋਏ। ਇਹ ਜਿਹੜੇ ਚਰਨਦਾਸ ਮਹਾਤਮਾ ਸੀਗੇ ਵੀ ਬੜੇ ਨਾਮ ਰਿਸ਼ੀਏ ਸੀ ਬੜੀ ਚੜ੍ਹਦੀ ਕਲਾ ਵਾਲੇ ਸਾਧੂ ਹੋਏ ਆ। ਇੱਕ ਵਾਰ ਕੀ ਹੋਇਆ ਕਿ ਇਹ ਕਿਸੇ ਹੈ ਨਾ ਪ੍ਰਵਚਨ ਕਰਨ ਵਾਸਤੇ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਇੱਕ ਹੈ ਨਾ ਜੋ ਛੋਟਾ ਕੂਕਰ ਸੀਗਾ ਇਹਨਾਂ ਮਹਾਂਪੁਰਖਾਂ ਦੇ ਪਿੱਛੇ ਪਿੱਛੇ ਤੁਰ ਪਿਆ। ਜਦ ਤੁਰ ਪਿਆ ਹੁਣ ਦੇਖੋ ਇੱਕ ਕੁੱਤੇ ਦਾ ਸੁਭਾਅ ਹੈਗਾ ਕੂਕਰ ਦਾ ਸੁਭਾਅ ਹੈਗਾ ਕਿ ਜਿੱਥੇ ਵੀ ਜਾਵੇ ਉਹ ਫਿਰ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਜਾਂ ਜੋ ਵੀ ਚੀਜ਼ ਹੈਗੀ ਹੈ ਨਾ ਉਹਦੇ ਨਾਲ ਹੀ ਫਿਰ ਮੁੜਦਾ ਹੈਗਾ। ਪਰ ਇੱਕ ਐਸਾ ਇਹ ਕੂਕਰ ਸੀਗਾ ਜਿਹੜਾ ਮਹਾਂਪੁਰਖ ਜਿੱਥੇ ਵੀ ਗਏ ਪਿੱਛੇ ਨਾਲ ਤੁਰਦਾ ਗਿਆ। ਜਿਸ ਜਗ੍ਹਾ ਨਾ ਮਹਾਂਪੁਰਖਾਂ ਨੇ ਸੰਗਤ ਦੇ ਨਾਲ ਬਚਨ ਸਾਂਝੇ ਕੀਤੇ ਜਦੋਂ ਸੰਗਤ ਗਈ ਇਹ ਜਿਹੜਾ ਕੂਕਰ ਸੀ ਉਸੇ ਸੰਗਤ ਦੇ ਇੱਕ ਪਾਸੇ ਹੋ ਕੇ ਬੈਠਾ ਰਿਹਾ। ਪਰ ਜਦ ਸੰਗਤ ਗਈ ਆ ਇਹ ਜਿਹੜਾ ਕੂਕਰ ਸੀਗਾ ਜਿੱਥੇ ਸੰਗਤ ਬੈਠੀ ਸੀ ਉਹ ਸੰਗਤ ਦੀ ਚਰਨ ਧੂੜੀ ਦੇ ਵਿੱਚ ਜਿਹੜਾ ਸੀ ਉਹ ਲਿਟਣ ਲੱਗ ਪਿਆ। ਜਦ ਲਿਟਣ ਲੱਗ ਪਿਆ ਅਤੇ ਉਸ ਟਾਈਮ ਫਿਰ ਜਿਹੜੀ ਮਹਾਤਮਾ ਦੀ ਅੱਖ ਉਹਨੇ ਸਮਝ ਲਿਆ ਕਿ ਇਹ ਪਿਛਲੇ ਜਨਮ ਦੀ ਜਿਹੜੀ ਹੈ ਨਾ ਕੋਈ ਐਸੀ ਉੱਚੀ ਰੂਹ ਹੈਗੀ ਆ ਜੋ ਕਿਸੇ ਕਰਮ ਕਰਕੇ ਇਸ ਜਨਮ ਦੇ ਵਿੱਚ ਫਸ ਗਈ ਆ। ਸੋ ਫਿਰ ਉਹ ਕੂਕਰ ਜਿਹੜਾ ਸੀ ਉਹ ਸਦਾ ਵਾਸਤੇ ਮਹਾਂਪੁਰਖਾਂ ਦੇ ਨਾਲ ਰਹਿਣ ਲੱਗਾ। ਪਰ ਜਿੱਥੇ ਜਿੱਥੇ ਵੀ ਮਹਾਂਪੁਰਖ ਜਿਹੜੇ ਪ੍ਰਵਚਨ ਕਰਦੇ ਹੁੰਦੇ ਸੀਗੇ ਸੰਗਤ ਦੇ ਵਿੱਚ ਜਦ ਸੰਗਤ ਜਾਂਦੀ ਸੀ ਤਾਂ ਇਹ ਕੂਕਰ ਜਿਹੜਾ ਸੀਗਾ ਉਹ ਸੰਗਤ ਦੀ ਧੂੜੀ ਦੇ ਵਿੱਚ ਜਿਹੜੇ ਸੀਗੇ ਉਹ ਲਟਣਾ ਸ਼ੁਰੂ ਕਰ ਦਿੰਦਾ ਸੀਗਾ। ਸੋ ਇਸ ਦੀ ਹੈ ਨਾ ਇਸ ਕਿਰਿਆ ਨੂੰ ਦੇਖ ਕੇ ਸੰਗਤ ਦੇ ਮਨ ਦੇ ਵਿੱਚ ਫਿਰ ਭਰੋਸਾ ਆ ਗਿਆ ਕਿ ਇਹ ਜਿਹੜੇ ਕੂਕਰ ਹੈਗਾ ਕੋਈ ਪਿਛਲੇ ਜਨਮ ਦਾ ਬਹੁਤ ਉੱਚੀ ਰੂਹ ਵਾਲਾ ਕੋਈ ਮਹਾਨ ਆਤਮਾ ਹੈ। ਸੋ ਇਸ ਕਰਕੇ ਨਾ ਸੰਗਤ ਨੇ ਉਹਦਾ ਜਿਹੜਾ ਨਾਮ ਸੀਗਾ ਪ੍ਰੇਮ ਦੇ ਵਿੱਚ ਭਗਤੀ ਮਾਂ ਪਾ ਲਿਆ ਸੀ। ਜਦ ਉਹਦਾ ਨਾਮ ਪ੍ਰੇਮ 'ਚ ਭਗਤੀ ਮਾਂ ਪਾਇਆ ਅਤੇ ਬਸ ਫਿਰ ਕੀ ਸੀ ਹਰੇਕ ਇਨਸਾਨ ਸੰਗਤ ਦਾ ਕੋਈ ਵੀ ਜਿਹੜਾ ਵੱਡਾ ਛੋਟਾ ਮਾਈ ਭਾਈ ਸਭ ਜਦ ਆਉਂਦਾ ਸੀ ਉਹਨੂੰ ਦੇਖਦਾ ਸੀਗਾ ਅਤੇ ਉਸ ਨੂੰ ਦੇਖ ਕੇ ਆਪ ਵੀ ਜਿਹੜਾ ਸੀ ਉਹ ਨਮਸਕਾਰ ਕਰਦਾ ਹੁੰਦਾ ਸੀ। ਸੋ ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਜਦ ਉਹ ਕੂਕਰ ਦਾ ਆਖਰੀ ਟਾਈਮ ਆਇਆ ਜਦ ਉਹ ਜਿਹੜਾ ਕੂਕਰ ਸੀਗਾ ਸੰਸਾਰ ਤੋਂ ਵਿਦਾ ਹੋਇਆ ਤਾਂ ਫਿਰ ਜਿਹੜੇ ਮਹੰਤ ਸੀਗੇ ਹੈ ਨਾ ਚਰਨਦਾਸ ਜੀ ਉਹਨਾਂ ਨੇ ਉਹ ਉਸ ਨੂੰ ਆਪ ਜਿਹੜਾ ਸੀਗਾ ਇੱਕ ਸੁੰਦਰ ਟੋਆ ਪੱਟ ਕੇ ਉਹਦੇ ਵਿੱਚ ਦਵਾਤਾ ਸੀਗਾ ਅਤੇ ਇੱਕ ਸੁੰਦਰ ਕੱਪੜਾ ਦੇਖਿਆ ਨਾ ਫਿਰ ਉਹਦਾ ਜਿਹੜਾ ਸੀਗਾ ਉਹ ਇਸ ਤਰ੍ਹਾਂ ਸੰਸਕਾਰ ਕੀਤਾ ਸੀਗਾ ਜਿਵੇਂ ਕਿਸੇ ਮਹਾਤਮਾ ਦਾ ਕਰੀਦਾ ਹੈ। ਸੋ ਜਦ ਜਿਹੜਾ ਸੀਗਾ ਉਹ ਸਮਾਂ ਜਿਹੜਾ ਸੀਗਾ ਉਸ ਕੂਕਰ ਦਾ ਇਸ ਪ੍ਰਲੋਕ ਤੋਂ ਜਾਣ ਤੋਂ ਬਾਅਦ ਇਸ ਕੂਕਰ ਦੇਹੀ ਦੇ ਛੁੱਟਣ ਤੋਂ ਬਾਅਦ ਜਦ 13ਵੇਂ ਦਿਨ ਜਾਂ 15 ਦਿਨਾਂ ਬਾਅਦ ਆਇਆ ਸੋ ਮਹਾਂਪੁਰਖਾਂ ਨੇ ਜਿਹੜੀ ਸੰਗਤ 'ਚ ਐਲਾਨ ਕੀਤਾ ਕਿ ਇਹ ਜੋ ਭਗਤੀ ਮਾਂ ਕੂਕਰ ਹੈ ਇਸ ਦਾ ਅਸੀਂ ਹੈ ਨਾ ਇੱਕ ਭੰਡਾਰਾ ਕਰਨਾ ਹੈਗਾ। ਸੋ ਅਸੀਂ ਇਹ ਆਖਦੇ ਹਾਂ ਕਿ ਤੁਸੀਂ ਨਾ ਭੰਡਾਰੇ ਦੇ ਵਿੱਚ ਜਿੱਥੇ ਹੋਰ ਸਾਧੂ ਸੰਤ ਮਹਾਤਮਾ ਬੁਲਾਉਣੇ ਹੈਗੇ ਆ ਅਤੇ ਮੇਰੀ ਇੱਕ ਇੱਛਾ ਹੈਗੀ ਇਸ ਭੰਡਾਰੇ ਦੇ ਵਿੱਚ ਹੋਰ ਵੀ ਜਿੰਨੇ ਜਿਹੜੇ ਕੂਕਰ ਆ
ਉਹਨਾਂ ਨੂੰ ਬੁਲਾਇਆ ਜਾਵੇ। ਜਦ ਇਹ ਗੱਲ ਹੋਈ ਆ ਤਾਂ ਸਾਰੀ ਸੰਗਤ ਦੇ ਵਿੱਚ ਜਿਹੜੇ ਪ੍ਰੇਮੀ ਸੀਗੇ, ਪਰ ਭੰਡਾਰੇ ਦੀ ਮਹਾਤਮਾ ਨੂੰ ਬੁਲਾਉਣ ਦੀ ਗੱਲ ਤਾਂ ਉਹਨਾਂ ਦੇ ਸਮਝ 'ਚ ਆਉਂਦੀ ਸੀ, ਪਰ ਕੁੱਕਰਾਂ ਨੂੰ ਬੁਲਾਉਣ ਦੀ ਗੱਲ ਜਿਹੜੀ ਸੀ ਉਹਨਾਂ ਦੇ ਸਮਝ ਵਿੱਚ ਨਹੀਂ ਆਏ। ਪਰ ਇੱਕ ਉਹਨਾਂ ਦਾ ਸੇਵ ਸੀਗਾ ਅਤੇ ਮਹਾਂਪੁਰਖਾਂ ਨੇ ਉਹਨਾਂ ਨੂੰ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਬਾਹਰ ਜਾ ਕੇ ਜਿਸ ਵੀ ਕਿਸੇ ਗਲੀ ਮੁਹੱਲੇ 'ਚ ਜਾਓ, ਉੱਥੇ ਕੋਈ ਵੀ ਕੁੱਕਰ ਮਿਲੇ ਹਨ, ਬਸ ਤੁਸੀਂ ਕਲੀ ਨੂੰ ਬੇਨਤੀ ਕਰਨੀ ਆ ਕਿ ਭਗਤੀ ਮਾਂ ਦਾ ਭੰਡਾਰਾ ਹੈਗਾ ਅਤੇ ਤੁਸੀਂ ਜ਼ਰੂਰ ਪਹੁੰਚਣਾ ਹੈਗਾ। ਸੋ ਸੇਵਕ ਸੱਤ ਵਜਨ ਕਰਕੇ ਜਿਹੜਾ ਸੀ ਉਹ ਚਲਿਆ ਗਿਆ। ਜਿੱਥੇ ਵੀ ਕੋਈ ਰਸਤੇ ਵਿੱਚ ਕੋਈ ਨਾ ਕੋਈ ਜਿਹੜਾ ਕੁੱਕਰ ਮਿਲਦਾ, ਉਹ ਜਿਹੜਾ ਕੋਲ ਖਹਿ ਕੇ ਜਿਹੜਾ ਹੈਗਾ ਇਹ ਗੱਲ ਸੰਦੇਸ਼ ਦੇ ਦਿੰਦਾ ਮਹਾਂਪੁਰਖਾਂ ਦਾ ਕਿ ਭਾਈ ਭਗਤੀ ਮਾਂ ਦਾ ਭੰਡਾਰਾ ਹੈਗਾ, ਤੁਸੀਂ ਉਸ ਭੰਡਾਰੇ ਵਿੱਚ ਜ਼ਰੂਰ ਪਹੁੰਚਣਾ ਹੈਗਾ। ਪਰ ਮਹਾਂਪੁਰਖ ਚਰਨ ਦਾਸ ਹੋਣਾ ਦੀਆਂ ਜਿਹੜੀ ਆ ਇਹ ਕਰਨ ਦਾ ਜੋ ਤਰੀਕਾ ਵਰਤਾਰਾ ਸੀਗਾ ਭੰਡਾਰੇ ਦਾ, ਉਸ ਨੂੰ ਦੇਖ ਕੇ ਹੈ ਨਾ ਕਈ ਜਿਹੜੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਸਾਧੂ ਸੀਗੇ ਉਹ ਨਾਰਾਜ਼ ਹੋ ਗਏ। ਉਹ ਕਹਿਣ ਲੱਗੇ ਵੀ ਅਸੀਂ ਇਹ ਤਾਂ ਸੁਣਿਆ ਹੈਗਾ ਕਿ ਭੰਡਾਰੇ ਦੇ ਵਿੱਚ ਸਾਧੂ ਮਹਾਤਮਾ ਨੂੰ ਬੁਲਾਇਆ ਜਾਂਦਾ ਹੈਗਾ, ਪਰ ਇੱਕ ਨਵਾਂ ਭੰਡਾਰਾ ਕਰਨ ਲੱਗਾ ਜਿਹਦੇ ਵਿੱਚ ਇਹ ਕੁੱਕਰਾਂ ਨੂੰ ਵੀ ਸੱਦੇ ਦੇ ਰਿਹਾ ਹੈਗਾ। ਸੋ ਕਈਆਂ ਮਹਾਤਮਾ ਨੇ ਇਹ ਗੱਲ ਕਹਿਤੀ ਸੀ ਕਿ ਅਸੀਂ ਇਹਦੇ ਭੰਡਾਰੇ 'ਤੇ ਨਹੀਂ ਪਹੁੰਚਣਾ। ਸੋ ਇਸ ਕਰਕੇ ਹੈ ਨਾ ਕਈਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀਗਾ, ਪਰ ਮਹਾਂਪੁਰਖਾਂ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ। ਜਦ ਨੀਅਤ ਸਮਾਂ ਆਇਆ ਹੈ ਨਾ ਤਾਂ ਮਹਾਂਪੁਰਖਾਂ ਨੇ ਉਹ ਜਿਹੜਾ ਭੰਡਾਰਾ ਭਗਤੀ ਮਾਂ ਕੁੱਕਰ ਦਾ ਸੀਗਾ ਉਹ ਚਾਲੂ ਕਰਨਾ ਸ਼ੁਰੂ ਕਰ ਦਿੱਤਾ। ਜਦ ਚਾਲੂ ਹੋ ਗਿਆ, ਬਸ ਉਸ ਭੰਡਾਰ ਦੇ ਵਿੱਚ ਇੱਕ ਸੁੰਦਰ ਜਗ੍ਹਾ ਬਣਾਈ ਵੀ ਗਈ ਜਿੱਥੇ ਮਹਾਂਪੁਰਖਾਂ ਨੇ ਜਿੰਨੇ ਵੀ ਕੁੱਕਰਾਂ ਨੂੰ ਸੁਨੇਹਾ ਦਿੱਤਾ ਸੀ ਉਹਨਾਂ ਵਾਸਤੇ ਉਹ ਜਿਹੜਾ ਕਵਾੜ ਸੀਗਾ ਉਹ ਖੋਲ੍ਹਿਆ ਅਤੇ ਉਹਦੇ ਵਿੱਚ ਆਖਿਆ ਕਿ ਇੱਥੇ ਜਿੰਨੇ ਵੀ ਕੁੱਕਰਾਂ ਨੂੰ ਸੁਨੇਹਾ ਦਿੱਤਾ ਗਿਆ ਹਨ ਉਹ ਇੱਥੇ ਆਉਣਗੇ ਅਤੇ ਉਹਨਾਂ ਨੂੰ ਅਸੀਂ ਹੈ ਨਾ ਇਹ ਸਾਰਾ ਭੋਜਨ ਵੀ ਛਕਾਉਣਾ ਹੈਗਾ। ਸੋ ਇਹ ਦੇਖਣ ਵਾਸਤੇ ਬਹੁਤ ਸਾਰੀ ਜਿਹੜੀ ਸੰਗਤ ਸੀਗੀ ਉਹ ਵੀ ਉੱਥੇ ਪਹੁੰਚ ਗਈ ਕਿ ਅਸੀਂ ਕਿਵੇਂ ਦੇਖਦੇ ਹਾਂ ਕਿ ਜਿਹੜੇ ਕੁੱਕਰ ਉਹ ਕਿਵੇਂ ਮਹਾਤਮਾ ਦੇ ਭੰਡਾਰੇ ਉੱਤੇ ਪਹੁੰਚਦੇ ਹੈਗੇ ਆ। ਪਰ ਦੇਖੋ ਕੁਦਰਤ ਦਾ ਕਮਾਲ, ਕਿਉਂਕਿ ਜੋ ਗੱਲਾਂ ਬਾਤਾਂ ਹੈਗੀਆਂ ਮਹਾਂਪੁਰਖਾਂ ਦੀ ਇਹ ਸ਼ਰਧਾ ਤੋਂ ਪਾਰ ਦੀਆਂ ਗੱਲਾਂ ਹੈਗੀਆਂ, ਤਰਕ ਤੋਂ ਪਰੇ ਦੀਆਂ ਗੱਲਾਂ ਹੈ, ਪਰ ਇਹ ਤਾਂ ਹੁਣ ਮਹਾਤਮਾ ਹੀ ਜਾਣਦੇ ਹੈਗੇ ਆ। ਜਿਵੇਂ ਅਸੀਂ ਦੇਖਦੇ ਹਾਂ ਕਿ ਇਹ ਜੋ ਸ਼ਰਧਾ ਜਾਂ ਸੀਮਾ ਤੋਂ ਪਰੇ ਦੀਆਂ ਗੱਲਾਂ ਹੈਗੀਆਂ ਨਾ, ਇਹ ਉਹੀ ਜਾਣ ਸਕਦਾ ਹੈਗਾ ਜਿਹਦੇ ਅੰਦਰ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੋਵੇ। ਸੋ ਜਦ ਭੰਡਾਰੇ ਦਾ ਸਮਾਂ ਆਇਆ, ਸਾਰੀ ਸੰਗਤ ਨੇ ਕੀ ਦੇਖਿਆ ਕਿ ਇੱਕ ਬੰਨੇ ਜਦ ਪੰਗਤਾਂ ਲੱਗੀਆਂ ਅਤੇ ਉੱਧਰੋਂ ਪਤਾ ਨਹੀਂ ਕਿੱਧਰੋਂ ਕਿੱਧਰੋਂ ਜਿਹੜੇ ਕੁੱਕਰ ਆਉਣੇ ਸ਼ੁਰੂ ਹੋ ਗਏ, ਅਤੇ ਜਿਹੜਾ ਇੱਕ ਵਿਸ਼ੇਸ਼ ਅਸਥਾਨ ਬਣਾਇਆ ਸੀ ਨਾ ਉਹਦੇ ਵਿੱਚ ਜਿਹੜੇ ਸੀ ਉਹ ਲੈਣ ਵਾਰ ਬੈਠ ਗਏ। ਜਦ ਲੈਣ ਵਾਰ ਬੈਠੇ ਤਾਂ ਸਾਰੇ ਦੇਖ ਕੇ ਬੜੇ ਹੈਰਾਨ ਹੋਏ ਕਿ ਇੰਨੇ ਕੁੱਕਰ ਜਿਹੜੇ ਕਦੀ ਦੇਖੇ ਨਹੀਂ ਉਹ ਬਾਹਰੋਂ ਕਿਵੇਂ ਆ ਗਏ। ਸੋ ਮਹਾਂਪੁਰਖਾਂ ਦੇ ਇਸ਼ਾਰੇ ਦੇ ਉੱਤੇ ਜਿਹੜਾ ਸੀਗਾ ਉਹਨਾਂ ਵਾਸਤੇ ਵੀ ਜਿਹੜੇ ਸੀਗੇ ਉਹ ਭੰਡਾਰੇ ਦਾ ਜੋ ਭੋਜਨ ਸੀਗਾ ਉਹ ਤਿਆਰ ਕਰਕੇ ਫਿਰ ਉਹਨਾਂ ਦੇ ਅੱਗੇ ਵੀ ਰੱਖਿਆ ਗਿਆ। ਪਰ ਜਦੋਂ ਇੱਕ ਇੱਕ ਕੁੱਕਰ ਦੇ ਮੂਹਰੇ ਭੰਡਾਰੇ ਦਾ ਭੋਜਨ ਰੱਖਿਆ ਗਿਆ, ਪਰ ਕਮਾਲ ਇਹ ਹੋਈ ਕਿ ਕਿਸੇ ਵੀ ਕੁੱਕਰ ਨੇ ਜਿਹੜਾ ਹੈ ਨਾ ਉਸ ਭੋਜਨ ਨੂੰ ਨਹੀਂ ਛਕਿਆ, ਚੁੱਪ ਕਰਕੇ ਸਾਰੇ ਕੁੱਕਰ ਜਿਹੜੇ ਸੀ ਬੜੇ ਆਰਾਮ ਦੇ ਨਾਲ ਬੈਠੇ ਰਹੇ। ਪਰ ਉਹਨਾਂ ਦੇ ਵਿੱਚੋਂ ਫਿਰ ਇੱਕ ਕਾਲੇ ਰੰਗ ਦਾ ਕੁੱਕਰ ਉੱਠਿਆ, ਉਹਨੇ ਉੱਠ ਕੇ ਜਿੰਨੇ ਵੀ ਥਾਲ ਸੀ ਬੋਰੇ ਪਏ ਸਾਰੇ ਕੁੱਕਰਾਂ ਦੇ ਅੱਗੇ ਉਸ ਨੂੰ ਸੁੰਘਿਆ, ਸੁੰਘ ਕੇ ਉਹ ਆਪਣੀ ਜਗ੍ਹਾ ਬੈਠ ਗਿਆ। ਬੈਠਣ ਤੋਂ ਬਾਅਦ ਫਿਰ ਸਾਰੇ ਕੁੱਕਰਾਂ ਨੇ ਜਿਹੜੇ ਸੀਗੇ ਉਹ ਦੇਖੋ ਉਹ ਮਹਾਂਪੁਰਖਾਂ ਦਾ ਦਿੱਤਾ ਭੰਡਾਰਾ ਜਿਹੜਾ ਸੀ ਉਹ ਛਕਣ ਲੱਗ ਪਏ। ਜਦ ਇਹ ਜਿਹੜਾ ਕੌਤਕ ਸੀਗਾ ਜਾਂ ਜੋ ਖੇਡ ਸੀਗਾ ਹੈ ਨਾ ਇਹ ਸਾਰੀ ਸੰਗਤ ਨੇ ਦੇਖਿਆ ਅਤੇ ਸਾਰੇ ਬੜੇ ਜਿਹੜੇ ਸੀ ਉਹ ਹੈਰਾਨ ਹੋਏ ਕਿ ਦੇਖੋ ਇੱਕ ਕੁੱਕਰ ਦੇ ਵਿੱਚ ਕਿੰਨੀ ਸਮਝ ਹੈਗੀ ਆ ਕਿ ਕਿਵੇਂ ਉਹ ਇਨਸਾਨਾਂ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਇਸ ਭੰਡਾਰੇ ਦਾ ਜਿਹੜਾ ਭੋਜਨ ਉਹ ਛਕ ਰਿਹਾ ਆ। ਇਸ ਤਰ੍ਹਾਂ ਜਦ ਕੁੱਕਰ ਜਿਹੜੇ ਸੀ ਸਾਰਾ ਜਿਹੜਾ ਭੰਡਾਰੇ ਦਾ ਭੋਜਨ ਛਕ ਗਏ, ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਉਹਨਾਂ ਦੇ ਜਿਹੜੇ ਜੂਠੇ ਪੱਤਲ ਸੀਗੇ ਉਹ ਚੱਕ ਕੇ ਜਿਹੜਾ ਸੀਗਾ ਜਿੰਨਾ ਵੀ ਉਹ ਸੀਤ ਪ੍ਰਸ਼ਾਦ ਸੀਗਾ ਹਨ ਉਹ ਆਪ ਵੀ ਛਕਿਆ ਅਤੇ ਨਾਲ ਸਾਰੀ ਉਸ ਸੰਗਤ ਨੂੰ ਵੀ ਛਕਾਇਆ ਸੀਗਾ। ਸੋ ਜਦ ਸੰਗਤ ਦੇ ਕੁਛ ਪ੍ਰੇਮੀਆਂ ਨੇ ਮਹਾਂਪੁਰਖ ਨੂੰ ਆਖਿਆ ਕਿ ਇਹੋ ਜਿਹੇ ਕੁੱਕਰ ਤਾਂ ਅਸੀਂ ਦੇਖਣ ਲਈ ਕਿੱਥੋਂ ਕਿੱਥੋਂ ਆਇਆ, ਅਤੇ ਮਹਾਂਪੁਰਖਾਂ ਨੇ ਜਾਣੀ ਇਹੋ ਇਸ਼ਾਰਾ ਦਿੱਤਾ ਸੀਗਾ ਕਿ ਇਹ ਜਿਹੜੇ ਕੁੱਕਰ ਹੈਗੇ ਆ ਇਹ ਦੇਵ ਲੋਕ ਦੇ ਵਾਸੀ ਆ ਅਤੇ ਇਹ ਆਪਣੀਆਂ ਦੇਹਾਂ ਜਾਣੀ ਇਸ ਰੂਪ ਦੇ ਵਿੱਚ ਧਾਰ ਕੇ ਨਾ ਇਸ ਭੰਡਾਰੇ ਵਿੱਚ ਹਾਜ਼ਰੀ ਭਰਨ ਆਏ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹਨਾਂ ਮਹਾਂਪੁਰਖਾਂ ਦੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਫਿਰ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈਗੀ ਆ ਉਹ ਆਮ ਇਨਸਾਨੀ ਦ੍ਰਿਸ਼ਟੀ ਦੇ ਨਾਲੋਂ ਕੋਹਾਂ ਗੁਣਾ ਉੱਚੀ ਵਿਵੇਕ ਦੇ ਵਿੱਚ ਚਲੀ ਜਾਂਦੀ ਹੈ। ਜਿਵੇਂ ਅਸੀਂ ਭਾਈ ਘਨੱਈਆ ਜੀ ਦਾ ਦੇਖਦੇ ਹਾਂ ਕਿ ਜਦੋਂ ਜੰਗ ਹੋਈ ਸੀ ਕਿਵੇਂ ਉਹਨਾਂ ਨੇ ਜਿਹੜੀ ਜਲ ਦੀ ਸੇਵਾ ਸੀਗੀ ਉਹ ਬਿਨਾਂ ਭੇਦਭਾਵ ਦੇ ਬਿਨਾਂ ਵਿਤਕਰੇ ਦੇ ਜਿਹੜੀ ਸੀਗੀ ਉਹ ਉਸ ਜੰਗੇ ਮੈਦਾਨ ਦੇ ਵਿੱਚ ਕੀਤੀ ਸੀ, ਜਿੱਥੇ ਉਹਨਾਂ ਨੇ ਖਾਲਸੇ ਨੂੰ ਜਿਹੜਾ ਜਲ ਛਕਾਇਆ ਸੀ, ਸਿੰਘਾਂ ਨੂੰ ਜਲ ਛਕਾਇਆ ਸੀਗਾ, ਉੱਥੇ ਨਾਲ ਦੁਸ਼ਟਾਂ ਨੂੰ ਵੀ ਜਲ ਛਕਾਇਆ ਸੀਗਾ। ਪਰ ਜਦੋਂ ਉਹਨਾਂ ਦੀ ਜਿਹੜੀ ਖਬਰ ਸੀ ਉਹ ਕਲਗੀਧਰ ਮਹਾਰਾਜ ਨੂੰ ਜਿਹੜੇ ਸੀ ਕੁਛ ਪ੍ਰੇਮੀਆਂ ਨੇ ਕੀਤੀ, ਫਿਰ ਮਹਾਰਾਜ ਨੇ ਜਦ ਇਹਦਾ ਕਾਰਨ ਪੁੱਛਿਆ ਅਤੇ
ਫਿਰ ਭਾਈ ਘਨੱਈਆ ਜੀ ਨੇ ਹੱਥ ਜੋੜ ਕੇ ਜਿਹੜੀ ਸੀ ਉਹ ਕਲਗੀ ਧਰ ਕੇ ਬੇਨਤੀ ਕੀਤੀ ਕਿ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ, ਕਿ ਮੈਂ ਜਿੱਧਰ ਵੀ ਦੇਖਦਾ ਹਾਂ ਮੈਨੂੰ ਉਹਦੇ ਵਿੱਚ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈਗਾ। ਸੋ ਇਹ ਹੈ ਦ੍ਰਿਸ਼ਟੀ, ਸਮ ਦ੍ਰਿਸ਼ਟੀ ਜਾਂ ਉਹ ਐਸੀ ਦ੍ਰਿਸ਼ਟੀ ਜਿਹੜੀ ਹੈ ਜਿਸ ਨੂੰ ਅਸੀਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਆਖ ਦਿੰਦੇ ਹਾਂ, ਕਿ ਜਿੱਥੇ ਕਿਤੇ ਵੀ ਜਿਹੜਾ ਹੈ ਦ੍ਰਿਸ਼ਟੀ ਪੈਂਦੀ ਹੈ, ਜਾਂ ਜਿਉਂ ਕਹਿ ਲਓ ਕਿ ਸਭ ਮੇਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਮੇਂ ਚਾਨਣ ਹੋਏ, ਬੜੀ ਗੱਲ ਜਿਹੜੀ ਦਸ਼ਾ ਹੈਗੀ ਇਹ ਬ੍ਰਹਮ ਗਿਆਨੀ ਦੇ ਅੰਤਰ ਆ ਜਾਂਦੀ, ਕਿਉਂਕਿ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਕਿਉਂਕਿ ਬ੍ਰਹਮ ਗਿਆਨੀ ਦ੍ਰਿਸ਼ਟੀ ਜਿਹੜੀ ਹੈ ਨਾ ਸਮਾਨ ਹੋ ਜਾਂਦੀ, ਉਹਨੂੰ ਕੋਈ ਵੀ ਬੈਰੀ, ਸ਼ਤਰੂ, ਮਿੱਤਰ ਸਭ ਉਸੇ ਹੀ ਵਾਹਿਗੁਰੂ ਦਾ ਰੂਪ ਨਜ਼ਰ ਆਉਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਮਹਾਂਪੁਰਖ ਹਨ ਉਹਨਾਂ ਨੂੰ ਜਿਹੜੇ ਇਹ ਰੂਪ ਹੈ, ਇਹਨਾਂ ਰੂਪਾਂ ਦੇ ਵਿੱਚ ਕੁੱਕਰ ਦਾ ਰੂਪ ਅਤ ਪਿਆਰਾ ਲੱਗਦਾ ਹੈਗਾ। ਸੋ ਇਸ ਰੂਪ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਹੀ ਹੈ ਨਾ, ਫਿਰ ਇਹਦੀ ਜਿਹੜੀ ਉਹ ਪਰਮੇਸ਼ਰ ਦੀ ਲੀਲਾ ਇਹਨਾਂ ਦੇ ਵਿੱਚ ਵਰਤਦੀ ਹੈਗੀ ਆ, ਉਸ ਨੂੰ ਦੇਖ ਕੇ ਆਪ ਵੀ ਵਿਕਸਦੇ ਆ, ਆਨੰਦਮਈ ਵੀ ਹੁੰਦੇ ਆ, ਅਤੇ ਇਸ ਆਨੰਦਮਈ ਹੁੰਦਿਆਂ ਹੋਇਆ ਫਿਰ ਉਹ ਉਸ ਕੁੱਕਰ ਦੇ ਰੂਪ ਦੇ ਵਿੱਚ ਹੀ ਉਸ ਅਕਾਲ ਪੁਰਖ ਦੀ ਜਿਹੜੀ ਸੇਵਾ ਕਰਦੇ ਆ, ਅਤੇ ਉਹ ਸੇਵਾ ਦੇ ਵਿੱਚ ਸਦਾ ਪ੍ਰਸੰਨ ਰਹਿੰਦੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।